ਕੌੜੀ ਹੈ, ਮਾਫ ਕਰਨਾ ਸ਼ਰਾਬ ਕੌੜੀ ਹੈ, ਅੰਮ੍ਰਿਤ ਮਿੱਠਾ ਕੌੜਾ ਲੱਗਦਾ, ਸ਼ਰਾਬ ਕੌੜੀ ਮਿੱਠੀ ਲੱਗਦੀ, ਸ਼ਰਾਬ ਕੋਈ ਖੁਰਾਕ ਨਹੀਂ ਹੈ, ਮਾਫ ਕਰਨਾ ਫਰਜ਼। ਦੇਖ ਲੋ ਕੋਈ ਤਾਕਤ ਸਰੀਰ ਨੂੰ ਦੇ ਨਹੀਂ ਦਿੰਦੀ, ਕੋਈ ਇਹਨੂੰ ਸ਼ਰਾਬ ਦੀ ਵਰਤੋਂ ਕਰਕੇ ਬੰਦਾ ਬਹੁਤ ਵੱਡਾ ਨਹੀਂ ਬਣ ਜਾਂਦਾ, ਬਹੁਤ ਇਹਦੇ ਸ਼ਕਤੀ ਨਹੀਂ ਆ ਜਾਂਦੀ, ਪਰ ਫਿਰ ਵੀ ਵਿਚਾਰ ਕਰੀਏ ਸਾਥੋਂ ਸ਼ਰਾਬ ਕੌੜੀ ਮਿੱਟੀ ਲੱਗਦੀ, ਅੰਮ੍ਰਿਤ ਮਿੱਠਾ ਕੌੜਾ ਲੱਗਦਾ। ਸਾਥੋਂ ਹਜ਼ੂਰ ਕਹਿੰਦੇ ਨੇ ਮਾਫ ਕਰਨਾ ਗੁਰੂ ਸੰਗਤ, ਇਹਦੇ ਸ਼ਰਾਬ ਛੱਡ ਜਾ, ਇੱਥੋਂ ਅੰਮ੍ਰਿਤ ਲੈ ਜਾ। ਪਰ ਗੁਰੂ ਕਿਸੇ ਨੂੰ ਲੈ ਕੇ ਵੀ ਜਾਂਦਾ? ਕੁਝ ਨਹੀਂ ਲੈ ਕੇ ਜਾਂਦਾ, ਕੁਝ ਵੀ ਨਹੀਂ ਲੈ ਕੇ ਜਾਂਦਾ। ਗੁਰੂ ਘਰ ਆਉਂਦੇ ਜ਼ਰੂਰ ਹਾਂ, ਸੋਫੇ ਸੈਟ ਤੇ ਬੈਠੀ ਦਾ ਉਹ ਝੁਕ ਜ਼ਰੂਰ ਜਾਂਦਾ, ਜਦੋਂ ਉੱਠੇ ਸੋਫਾ ਫਿਰ ਉੱਤੇ ਆ ਜਾਂਦਾ। ਗੁਰੂ ਘਰ ਆਉਂਦੇ ਹਾਂ, ਬਾਣੀ ਸੁਣ ਕੇ ਮਨ ਨੀਵਾਂ ਜ਼ਰੂਰ ਹੁੰਦਾ, ਝੁਕਦਾ ਜ਼ਰੂਰ ਹੈ, ਜਦੋਂ ਉੱਠ ਕੇ ਘਰ ਨੂੰ ਗਏ ਮਨ ਫਿਰ ਉੱਥੇ ਦਾ ਉੱਥੇ ਆ ਜਾਂਦਾ। ਨਾਮ ਜਪਣਾ ਹੈ ਤਾਂ ਔਖਾ, ਪਰ ਔਖੇ ਵੇਲੇ ਪਰਮੇਸ਼ਰ ਦੇ ਨਾਮ ਨੇ ਹੀ ਕੰਮ ਆਉਣਾ। ਇੱਕ ਦੁਨਿਆਵੀ ਮਿਸਾਲ ਹੈ, ਪੈਸੇ ਜੋੜਨੇ ਮਹਾਰਾਜ ਬੜੇ ਮੁਸ਼ਕਿਲ ਹਨ, ਉਹ ਹੈ ਕਮਾਈ ਕਰਨੀ ਪਹਿਲੀ ਗੱਲ ਤਾਂ ਬੜੀ ਮੁਸ਼ਕਿਲ ਹੈ। ਜੇ ਕੋਈ ਕਮਾਈ ਕਰਦੇ ਨੇ, ਕਮਾਈ ਇੰਨੀ ਕਰਨੀ ਮੁਸ਼ਕਿਲ ਨਹੀਂ ਜਿੰਨੀ ਕਮਾਈ ਕਰਕੇ ਸੰਭਾਲਣੀ ਮੁਸ਼ਕਿਲ ਹੈ। ਸਾਡੇ ਕੋਲ ਸਾਰੇ ਟਰੱਕਾਂ ਵਾਲੇ ਪਹਿਲਾਂ ਸਾਰਾ ਦਿਨ ਰਾਤ ਕਿਵੇਂ ਗੱਡੀਆਂ ਖਿੱਚੀ ਜਾਣਗੇ, ਮਾਫ ਕਰ ਪਾਈਆ ਪਾਈਆ ਕਾਲੀ ਮਾਈ ਵੀ ਖਾਣੀ ਨਾਲ ਹੈ। ਮਾਫ ਕਰਨਾ ਗੁਰੂ ਕਿਸੋਂ ਆਮਲ ਖਾਈ, ਤਿਰਸ਼ਾਈ ਪਾਈ, ਮੂਰਖ ਅੰਧੇ ਪੱਤ ਗੁਆਈ, ਵਿਣ ਲਾਵੇ ਖਾਏ ਨਾ ਪਾਈ। ਕਿੰਨੀ ਮਿਹਨਤ ਕਰਦੇ ਹੱਡ ਭੰਨ ਕੇ, ਪਰ ਸਾਫ ਸੰਗਤ ਦੀ ਧਿਆਨ ਦੇਣਾ, ਕਮਾਈ ਕਰਨੀ ਇੰਨੀ ਔਖੀ ਨੀ ਜਿੰਨੀ ਕਮਾਈ ਕਰਕੇ ਸੰਭਾਲਣੀ ਔਖੀ ਹੈ। ਜਿਹੜੇ ਚਾਰ ਪੈਸੇ ਬਚਤ ਕਰਕੇ ਰੱਖਦੇ ਨੇ, ਫਿਰ ਔਖੇ ਬਚਤ ਕੀਤੀ ਕੰਮ ਆਉਂਦੀ, ਠੀਕ ਹੈ ਕਿ ਗਲਤ ਹੈ? ਇਸੇ ਤਰ੍ਹਾਂ ਨਾਮ ਜਪਣਾ ਤੇ ਔਖਾ, ਪਰ ਔਖੇ ਵੇਲੇ ਗੁਰੂ ਦੇ ਨਾਮ ਨਹੀਂ ਕੰਮ ਆਉਣਾ। ਸਤਿਗੁਰ ਪਾਤਸ਼ਾਹ ਸੁਖਮਨੀ ਸਾਹਿਬ ਦੀ ਦੂਜੀ ਅਸਪਦੀ ਦੇ ਸ਼ੁਰੂ ਵਿੱਚ ਹੀ ਫਰਮਾਉਂਦੇ ਨੇ, ਜੇ ਮਾਤ ਪਿਤਾ ਸੁਖਨੀਤ ਨਾ ਭਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ। ਤੇਰੇ ਮਾਂ ਬਾਪ ਭੈਣ ਭਾਈ ਸੰਗੀ ਸਾਥੀ ਜਿੱਥੇ ਤੇਰੀ ਕੋਈ ਉਮਦਾਦ ਨਹੀਂ ਕਰ ਸਕਣਗੇ, ਪਰ ਸਰੀਰ ਵੀ ਉੱਥੇ ਤੇਰੇ ਨਾਲ ਨਹੀਂ ਹੋਣਾ ਜਿੱਥੇ ਲੇਖਾ ਮੰਗੀ ਹੈ, ਉੱਥੇ ਦੇਹੀ ਜਾਤ ਨਾ ਜਾ ਕੇ ਜਿੱਥੇ ਕਰਮਾਂ ਦਾ ਹਿਸਾਬ ਕਿਤਾਬ ਹੋਣਾ, ਉੱਥੇ ਤਾਂ ਨਾ ਸਰੀਰ ਜਾਣਾ ਤੇ ਨਾ ਜਾਤ ਜਾਣੀ। ਪਰ ਗੁਰੂ ਸਾਹਿਬ ਕਹਿੰਦੇ ਨੇ ਉੱਥੇ ਨਾਲ ਕੀ ਜਾਣਾ, ਉੱਥੇ ਨਾਮ ਨੇ ਸਹੀ ਪੱਕ ਕਰਨੀ, ਉੱਥੇ ਨਾਮ ਨੇ ਕੰਮ ਆਉਣਾ ਹੈ। ਮੈਨੂੰ ਪਿਛਲੇ ਦਿਨ
एक चंगे पढ़े लिखे भरा ने सवाल कर दिता, संत जी सिख धर्म कट्टरपणे का धर्म है? ना ना, नाथ ने कहा प्रेमिया सिख धर्म कट्टरपणे का धर्म नहीं है, सिख धर्म सांझीवालता का धर्म है। तेरी मर्यादा तो कट्टरपणे की हो सकती, एदे असूल तो कट्टरपणे के हो सकते हैं, पर सिख धर्म एक कट्टरपणे का धर्म नहीं। दास ने कहा प्रेमिया बैठ जा, तेन समझा दीए, विचार करके देख लीए। गुरु की संगत दास ने आख्या प्रेमिया आओ विचार के देखिए, खालसा जी ये कट्टरपणे का धर्म नहीं, सांझीवालता का धर्म है। दास ने कहा प्रेमिया कुरान शरीफ दे विच किते राम अखर नहीं आउंदा, किते वहन अखर नहीं आउंदा, किते हरी शब्द नहीं आउंदा। खालसा जी बाइबल अंजील दे विच किते राम अखर नहीं आउंदा, किते खुदा अखर नहीं आउंदा, किते वहनु शब्द नहीं आउंदा। रामायण गीता साडे पूजन जो ग्रंथ हन, पर इन्हां ग्रंथां विच किते खुदा नहीं आउंदा, किते वहनु नहीं आउंदा, किते माफ करना अल्लाह शब्द नहीं आउंदा। पर एक गुरु ग्रंथ साहिब बाणी है खालसा जी, जिहदे विच पता नहीं किन्ने हजार वारी राम अखर, किन्ने वारी हर शब्द, किन्ने वारी अल्लाह शब्द, किन्ने वारी जिहदे विच खुदा शब्द। एडा वड्डा सांझीवालता का धर्म ते कट्टरपणे का धर्म नहीं हो सकता। धन गुरु ग्रंथ साहिब की बाणी च आवाज दी खालसा जी, जरा ध्यान देना। कोई कह के खुदा वाजा मारदा, कोई तैनू मारदा।